नहीं उठो तो आना लेना तुसी फोटो खिंचने भाजी को अच्छा जहा दिखाओ ना। ओ यार अच्छा दवाना मसलन तेनू की सलूट करे उठ के या तेनू इदा करे चिट्टा दवाना चाहिए लाल ने। ओ यार चिट्टा है नहीं मेरा भरा यार गल अस्सलाम वालेकुम। वालेकुम सलाम भाई। भाई की हाल है? ठीक ठाक जी। दुआने किदा लाए जी? ਸਾਡੇ ਸਾਹਮਣੇ ਹੀ ਆ ਜੀ ਚੜ੍ਹ ਕੇ ਲਾਏ ਆ ਦਰਸ਼ਨ। ਨਹੀਂ ਨਹੀਂ ਕਿਲੋ ਕਿੰਨੇ ਦਾ ਭਾਈ? 25 ਰੁਪਏ ਦਾ ਭਾਈ ਤੋੜ। 25 ਰੁਪਏ? ਹਾਂ ਜੀ 25 ਰੁਪਏ ਕਿਲੋ। 25 ਆਹੋ 25 ਕਹਿ ਲਓ ਤੁਸੀਂ ਵੈਸੇ 25 ਰੁਪਏ ਦਾ ਕਿਲੋ ਹੈ। ਤੇ ਭਾਈ ਉੱਠੋ ਤੇ ਸਹੀ ਕੀ ਲੱਤਾਂ ਟੁੱਟੀਆਂ ਤੁਹਾਡੀਆਂ? फल जो है आओ भाजी इधर आओ। हां जी हुण दसो जी दवाना केड़ा ਕਿੱਡਾ ਕੁ ਚਾਹੀਦਾ ਕਿੰਨੇ ਕੁ ਕਿਲੋ ਦਾ ਚਾਹੀਦਾ ਤੁਹਾਨੂੰ ਦਵਾਣਾ? ਭਾਜੀ ਕੋ ਅੱਛਾ ਜਿਹਾ ਦਿਖਾਓ ਨਾ। ਉਹ ਯਾਰ ਅੱਛਾ ਦਵਾਣਾ ਮਸਲਨ ਤੈਨੂੰ ਕੀ ਸਲੂਟ ਕਰੇ ਉੱਠ ਕੇ ਜਾਂ ਤੈਨੂੰ ਇੱਦਾਂ ਇੱਦਾਂ ਕਰੇ ਕੀ ਮਸਲਨ ਅੱਛਾ ਕਿੱਦਾਂ ਦਾ ਹੋਵੇ? ਨਹੀਂ ਉਹ ਜਿਸ ਤਰ੍ਹਾਂ ਹੁੰਦਾ ਦਵਾਣਾ ਮਿੱਠਾ ਹੋਵੇ ਜ਼ਰਾ ਵਧੀਆ। ਉਹ ਪਾ ਇਹ ਮਿੱਠੇ ਹੀ ਦਵਾਣੇ ਆ ਇਹਦਾ ਪਿੰਡੀ ਪੱਟੀਆਂ ਦਾ ਦਵਾਣਾ ਹੈਗਾ ਸਮਝਦੇ ਹੋ ਨਾ? ਪਿੰਡੀ ਪੱਟੀਆਂ ਦਾ? ਹਾਂ ਜੀ ਪਿੰਡੀ ਪੱਟੀਆਂ ਦਾ ਇੱਕ ਸਿੰਧ ਦਾ ਦਵਾਣਾ ਹੁੰਦਾ ਵੇ। ਇਹ ਮੂੰਹੋਂ ਬੋਲਦਾ ਕਿ ਮੈਂ ਪਿੰਡੀ ਪੱਟੀਆਂ ਦਾ ਯਾਰ ਤੂੰ ਉਹ ਭਾਜੀ ਵੀ ਨਾਲ ਇਕੱਠੇ ਸਟਾਈ ਟਰਾਲੀ ਨਿਸ਼ਾਨ ਭਾਈ ਅਸੀਂ ਇਕੱਠੇ ਪਾਰਟਨਰ ਆ ਇਸ ਕੰਮ। ਅੱਛਾ ਅੱਛਾ ਚਲੋ ਅੱਲਾ ਦਾ ਸ਼ੁਕਰ ਆ ਯਾਰ ਵਧੀਆ ਰਿਜ਼ਕ ਲੱਗਾ ਤੁਹਾਡਾ। ਤੇ ਦਵਾ ਵਖਾਓ ਦਵਾਣਾ ਕੋਈ। ਤੇ ਫੈਮਿਲੀ ਕਿੱਡੀ ਕਾ ਤੁਹਾਡੀ? ਉਹ ਮੈਂ ਤੇਰੇ ਕੋ ਸੂਟ ਲੈਣੇ ਆ ਫੈਮਿਲੀ ਕਿੱਡੀ ਕਾ ਵਿੱਚੋਂ ਕੋਈ ਨਹੀਂ ਨਹੀਂ ਖਾਦੇ ਤੂੰ ਇੱਕ ਦਵਾਣਾ ਦਿਖਾ ਯਾਰ। ਯਾਰ ਦਵਾਣਾ ਵੀ ਤੁਹਾਨੂੰ ਦਿਖਾ ਦੇਗਾ ਮੇਰੇ ਕਹਿਣ ਦਾ ਮਕਸਦ ਆ ਕਿ ਮੈਂ ਉਸ ਹਿਸਾਬ ਦਾ ਕੱਢਾਂ 5 ਕਿਲੋ ਦਾ 10 ਕਿਲੋ ਦਾ ਦੇਖੋ ਨਾ 15 ਕਿਲੋ 20 ਕਿਲੋ ਤੱਕ ਸਾਡੇ ਕੋ ਦਵਾਣਾ ਪਿਆ। ਤੂੰ ਜਿੰਨਾ ਕੁ ਚੁੱਕ ਸਕਣਾ ਤੇ ਉਹ ਤੇ ਚੁੱਕਣਾ ਯਾਰ ਮੈਂ ਤੈਨੂੰ ਚੁੱਕ ਕੇ ਬਾਹਰ ਨਾ ਸੁੱਟਦਾ ਮੈਂ ਗੱਲ ਇਹ ਕਰਦਾ ਪਹਿਲੇ ਤੇ ਐਸਓਪੀ ਦਾ ਤੂੰ ਖਿਆਲ ਨਹੀਂ ਰੱਖਿਆ ਦਵਾਣੇ ਬਿਲਕੁਲ ਜੋੜ ਕੇ ਰੱਖੇ ਇਹਨਾਂ ਨੂੰ 6-6 ਫੁੱਟ ਤੇ ਰੱਖ ਮੇਰਾ ਭਰਾ ਉਹ 6-6 ਫੁੱਟ ਮਾਸਕ ਲਵਾ ਦਾ ਇਹਨਾਂ ਨੂੰ ਤੂੰ ਆਪ ਨਹੀਂ ਲਾਇਆ ਉਹਨਾਂ ਨੂੰ ਕਿੱਥੇ ਲਵਾਉਣਾ ਹੀ ਆ ਦੇਖ ਮਾਸਕ ਹੈਗਾ ਮੇਰੇ ਕੋਲ ਮੈਂ ਤੇਰੇ ਨਾਲ ਗੱਲ ਕਰਨੀ ਹੈ ਤੇਰਾ ਕਰੋਨਾ ਇੱਥੋਂ ਜਾਂਦਾ ਮੈਂ ਵੀ ਤੇ ਇੱਥੇ ਹੀ ਲਾਇਆ ਮੈਨੂੰ ਤੇ ਇਹ ਸਮਝ ਨਹੀਂ ਲੱਗਦੀ ਕਿ 6 ਟਨ ਦਵਾਣੇ ਜੋ ਤੁਹਾਨੂੰ ਮੈਂ ਕਿਹੜਾ ਕੱਢ ਕੇ ਦਵਾਂ ਜਿਹੜਾ ਤੁਹਾਨੂੰ ਪਸੰਦ ਆ ਜਿਹੜਾ ਤੁਹਾਨੂੰ ਅੱਛਾ ਲੱਗਦਾ ਨਾ ਉਹ ਕੱਢੋ ਕੱਢੋ ਤੁਸੀਂ ਭਾਜੀ ਮਿਹਰਬਾਨੀ ਤੁਹਾਡੀ ਆਹਾ ਕੀ ਵਿੱਚ ਪੈਸੇ ਜੋੜੇ ਹਲਾ ਕੇ ਵੇਖ ਰਹੇ ਓਏ ਦੇਖਣਾ ਹੁੰਦਾ ਵਾ ਕਿ ਇਹਦੇ ਚ ਕੱਚਾ ਵਾ ਤੇ ਪੱਕਾ ਵੇ ਸਾਡਾ ਇੱਕ ਸਿਲਸਿਲਾ ਹੁੰਦਾ ਵਾ ਉੱਥੇ ਸੜਕ ਤੇ ਮਾਰ ਕੇ ਵੇਖ ਲੈ ਕੱਚਾ ਤੇ ਪੱਕਾ ਜੇ ਟੁੱਟ ਗਿਆ ਤੇ ਕੱਚਾ ਜੇ ਨਾ ਟੁੱਟਿਆ ਤੇ ਪੱਕਾ ਸੜਕ ਤੇ ਤੈਨੂੰ ਨਾ ਸੁੱਟਦਾ ਤੇਰਾ ਹੀ ਪਤਾ ਕਰ ਲਈਏ ਤੂੰ ਕੱਚਾ ਕਿ ਪੱਕਾ ਓ ਯਾਰ ਦਹਾ ਦਵਾਣਾ ਭਾਈ ਕੋਈ ਉਹ ਖੜਕਾਉਂਦੇ ਵੀ ਹੁੰਦੇ ਤੁਸੀਂ ਇੰਜ ਇੰਜ ਇਹ ਅੰਦਰੋਂ ਦੱਸਦਾ ਮੈਂ ਪੱਕਾ ਪਾਏ ਦੇਖੀਦਾ ਵਾ ਵੀ ਕਿਤੇ ਦਵਾਣਾ ਕੱਚਾ ਤੇ ਨਹੀਂ ਹੈਗਾ ਸਾਡਾ ਟ੍ਰਿਕ ਹੁੰਦਾ ਵਾ ਟ੍ਰਿਕ ਤੋਂ ਮੁਰਾਦ ਹੈ ਸਾਨੂੰ ਤਜਰਬਾ ਵਾ ਇਸ ਗੱਲ ਦਾ। ਅੱਛਾ ਜੀ ਚਲੋ ਠੀਕ ਆ ਕੋ ਦੇਖ ਲਓ ਆਪਣੀ ਮਰਜ਼ੀ ਨਾਲ ਦਿਖਾ ਦਿਓ ਮੈਂ ਨਹੀਂ ਤੁਹਾਨੂੰ ਕੁਝ ਕਹਿਣਾ ਆਪਣੀ ਮਰਜ਼ੀ ਜਿੰਨੀਆਂ ਤੂੰ ਗੱਲਾਂ ਕਰਦਾ ਮੈਂ ਤੇ ਕਹਿੰਦਾ ਤੇਰੇ ਇੱਕ ਨਾ ਦਿਖਾਵਾਂ ਤੈਨੂੰ ਵੇਚਣ ਨਹੀਂ ਆਇਆ ਘਰੋਂ ਤੂੰ ਤੇ ਵੇਚਣ ਹੀ ਆਏ ਤੇ ਦੇ ਫਿਰ ਨਿਸ਼ਾਨ ਦੇਸ਼ ਤੇ ਆ ਯਾਰ ਛੁਰੀ ਲੈ ਆਇਆ ਨਾ ਚੱਕ ਰਿਹਾ ਉਹ ਛੁਰੀ ਲਿਆ ਮੈਂ ਤੈਨੂੰ ਕੀ ਕਿਹਾ ਉਹ ਭਾਈ ਦਵਾਣਾ ਤੁਹਾਨੂੰ ਦਿਖਾਣਾ ਨਹੀਂਗਾ। ਅੱਛਾ ਅੱਛਾ ਅੱਛਾ
इंज करके भी देख लो ना, इंज जरा थोड़ा जा चढ़ा लो इधरों, इंज करके इंज करके। छुरियां तुसी बकरे हलाल करन वालियां रखियां? बकरे करदे असी, मेमना नहीं करना। चलो जी गाची कढ़ो ना, की करदे हुंदे हो? चलो जी ये थले तक जाइदा वा, तू तो ही कढ़ रहे, लगता तू किसी दुखों लाए दुआने लगता। हाथ ते ना मरवा ली छुरी, ध्यान ना कम कर। ले चंगी तरह, चंगी तरह मेरा भरा। लो जी भाजी सारा तुसी ना जोड़ा पुल फिर लियो। हाँ जी हरबंसपुरे तक चलिए। क्यों फिर ला, मेरा मुंडा गवाचा, मैं कद नहीं फिरा उसे। मकसद ये है भी जेड़ा माल साडे कोल पिया वा ना, जे तुहानू इदां दा लाल किते तुहाना लभ जावे। ये लाल लाल है यार अन्ना तू। लेकिन लाल नहीं मैनू चाहिदा भाजी, कलर ब्लैंड दा तैनू पता नहीं लगदा भी लाल है। मैनू चिट्टा चाहिदा, वाइट। मैनू हकीम साहब ने कहा तू वाइट दुहाना खाना, मेरे वाइट सैल मुके है, मैनू चिट्टा दियो कढ के। यार पहला बंदा देखिया वा जिहड़ा कहण डिया मैनू चिट्टा धोना चाहिए, हर बंदा आके कहिंदा सानू सुरख कट के दवो। हर बंदे दा मैनू ठेका, मेरी अपनी चॉइस है। मैनू हकीम ने कहा भाजी मेरे वाइट सैल मुके है, वैसे तो तेरे भी मुके है। तेरे वाइट सैल मुके आ तो चंदा वालिया दे पवाला। यार तू वेख के लाल कढ़िया ना, तो इदा ही वेख के चिट्टा कढ दे विचों। ओ चिट्टा भावें कित्थों कढ़दा तैनू, इत्थों कढ़ना वा। हर बंदा भा लाल दुहाना मंगदा वा। वह बंदा मंगदा, उन्होंने मैनू चाहिए चिट्टा, तो मैं लाल की करना। यार तेनू मैं चिट्टा कितों लिया दा, मैं रंग कार्ड पा लिए घर जाके। यार तू आज चुक के नहीं करदा इंज करके, इंज 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 वेख के दिता ही ना, इदा ही वेख के चिट्टा दे दे। ओ भा इदा वेख के लाल निकलता वा, चिट्टा नहीं निकलता हुंदा, कितों आ गया मैं दुहाना लैण लई। जी शान साहब तुसीं मेरी गल सुनो, तुसीं पार्टनर हो दोवें, चिट्टा दुहाना निकल ही आउंदा विचों है? नहीं जेड़े लोकी वापस कर जांदे भाजी ये चिट्टा। ओ यार छे मन दे हुंदा है बस, हल्का है इहदे तो हौला। चलो इहदे नूं हल्का दे दे, हौला दे दे। ओ वी ओ सानूं पता ही नहीं हुंदा किहड़ा निकल। ओ यार हुण यार लाल दा तुहानूं पता ते चिट्टे दा नहीं पता। ओ यार हुण दुहाणियां दा सिटी स्कैन कर लां मैं। तुसीं फिर कम्म सिख के आओ पहले भाई, चिट्टा दुहाणा को कढ के दे, वाइट होवे। भाई हकीम ने कहा तू चिट्टा खाणा। ओ यार ओ किहड़ा पागल हकीम है जिहड़ा तैनूं कहण डिया वा चिट्टा? सौ बीमारियां दा हेपेटाइटिस दा इलाज हुंदा वा दुहाणे दे नाल, जिगर दा इलाज हुंदा वा, सारे दुहाना जड़े लाल लैके जाते हैं। तो तेरे दिमाग का इलाज मैं कितों करा, सारे इलाज होंगे। तू एक चिट्टा कढ़ दे, तू कढ़ी जा, जड़ा चिट्टा निकलेगा मैं लै जाऊंगा। यानी कि मैं सारी ट्राली चिट्टे कढ़न च ला दा, तू एक पसंद करे है। यार ताडा इत्थे हुंदा नहीं कि भाजी चिट्टा वापस, तो समझो कि मैं कह रहा लाल वापस चिट्टा मिल दे। ओ भा इंज नहीं हुंदा, लाल दुहाना हर बंदा मंगदा वा। पानी पीए ते हैजा हो जांदा, सही गल है? जे तू करोना दे पीली वैसे हुंदा नहींगा, हैजा ते तैनू अगे भी होया लगदा, मुंह तू लगदा पीला पिया तेरा। नहीं इसे लई मैनू कहा ना वाइट सैल मुके, चिट्टा दुहाना मैनू चाहीदा। ਤੈਨੂੰ ਯਾਰ ਕਿੱਥੋਂ ਚਿੱਟਾ ਪਾ ਲਿਆ ਦੀਏ, ਤੇਰਾ ਦਿਮਾਗ ਖਰਾਬ ਆ, ਹਰ ਬੰਦਾ ਸਮਝਦਾ ਆ ਕੇ ਲਾਲ ਦੁਹਾਣਾ ਮੰਗਦਾ ਵਾ, ਹੁਣ ਤੈਨੂੰ ਚਿੱਟਾ ਕਿੱਥੋਂ ਲਿਆਦਾ ਵਾ? ਯਾਰ ਸਵੇਰ ਦਾ ਕੋਈ ਚਿੱਟਾ ਨਹੀਂ ਨਿਕਲਿਆ ਭਾਈ, ਨਿਕਲਦਾ ਹੀ ਨਹੀਂਗਾ ਚਿੱਟਾ। ਹੁਣ ਮੈਂ ਸਾਰਾ ਸਾਰਾ ਮੈਂ ਜਿਹੜੀ ਟਰਾਲੀ ਆ ਉਹ ਮੈਂ ਖੋਲਾਂ, ਪਿੱਛੇ ਜਿਹੜੇ ਰੱਖੇ ਇਹਨਾਂ 'ਚ ਕੋਈ ਚਿੱਟਾ ਕੱਢ ਦੇ। ਉਹਦੇ ਲਾਲ ਯਾਰ ਕਿੱਥੋਂ ਮੈਂ ਚਿੱਟਾ ਕੱਢਦਾ ਇਹਨੂੰ? ਨਿਸ਼ਾਨ ਯਾਰ ਕਿਹੜਾ ਪਾਗਲ ਜਿਹਾ ਬੰਦਾ ਆ ਗਿਆ ਵਾ, ਇੱਕ ਦੁਹਾਣਾ ਲੈਣਾ ਵਾ ਤੇ ਸਾਨੂੰ ਵਕਤ 'ਚ ਪਾਇਆ ਵਾ ਇਹਨੇ। ਤੇ ਯਾਰ ਕੰਮ ਹੀ ਆ, ਮਤਲਬ ਛੁਰੀ ਰੱਖ ਕੇ ਗੱਲ ਕਰ। ਉਹ ਵੀ ਉਹ ਭਾਈ ਲਈ ਜਾਂਦਾ, ਭਾਈ ਗੱਲ ਸੁਣੀ। ਹੈਲੋ ਇਹ ਦੇਖੋ ਯਾਰ, ਇਹ ਤੂੰ ਦੁਹਾਣਾ ਦਿੱਤਾ ਯਾਰ, ਮੈਂ ਘਰ ਗਿਆ, ਮੇਰੇ ਬੱਚੇ ਨੇ ਮੇਰੀ ਬੇਇੱਜ਼ਤੀ ਕੀਤੀ ਯਾਰ। ਅੱਗੇ ਤੇਰੀ ਬੜੀ ਇੱਜ਼ਤ ਕਰਦੇ ਆ। ਉਹ ਭਾਈ ਨਹੀਂ, ਇਹ ਦੇਖੋ ਨਾ, ਇਹ ਦੇਖੋ, ਇਹ ਕੀ ਨਿਕਲਿਆ? ਚਿੱਟਾ ਹੀ ਚਿੱਟਾ ਹੈ, ਲੈ। ਚਿੱਟਾ ਵੀ ਨਹੀਂ ਹੈ, ਇਹ ਪਿੰਕ ਹੈਗਾ ਯਾਰ। अगर मैं घर लाल लै गया मेरी बिस्ती हो जानी। यार तू तेरी बिस्ती होनी है, सब तो पहला जाके ना मास्क धोवा अपने। मास्क की है भाई, तू धोवा बदल के दे, मैं जाना यार, लेट हो रहे हैं। ਯਾਰ ਤੈਨੂੰ ਆਪ ਕਿਉਂ ਪਸੰਦ ਕਰਕੇ ਕਿਹਾ, ਇੰਨੇ ਪੈਸਿਆਂ ਚ ਇੱਦਾਂ ਹੀ ਤੂੰ ਮੈਨੂੰ ਕਿਹਾ ਸੀ ਕਿ ਜੇ ਚੰਗਾ ਨਾ ਨਿਕਲੇਗਾ ਆਪਣੀ ਮਰਜ਼ੀ ਦਾ ਲੈ ਜੀ।
यार मेरी गल सुन भाई, ओ कोई कसूर नहीं, छे बच्चे इंसान दे हुंदे आ, विचों एक अद्धा भैड़ा निकल ही आउंदा, ते तो दमेर दुवाणे आ बेवकूफा। भाई ओदे छे बच्चे ने, मेरा कसूर ते कोई नहीं ना, दुवाला खराब निकलाया ते। तुहाडा कोई बच्चा नहीं? मेरा एक बच्चा है। ते ओ भी नहीं सही निकलिया? नहीं ओ सही है, ओ नहीं ते पेंडी आ मैनूं वापस। भाई 25 रुपए किलो दुवाणा वा। हां ए 50 रुपए दा लै के गया वा, मिंत करके भी जिद्दां दा हैगा वा मेरी किस्मत आ। यार हुण निकलिया नहीं, भाई दा चिट्टा पिंक जिहा निकलिया वा, ते मैनूं जरा दे दे दूसरा चिट्टा जिहा। यार अजीब ही बंदा आया वा सुबह। अच्छा सुबह सुबह उठ के खाइए कहिंदे बड़ा अच्छा हुंदा जिगर वास्ते। दुवाणे नहर दे लागे क्यों लाउंदे ज्यादातर? मैं देखिया नहर दे लागे लागे लगे हुंदे। ओदी की ना जाया कर उधर, इत्थे लगा इत्थे आ जाया कर। नहीं उत्थे जरा लोकी नहाउण जांदे इस लई। ओ यार ओ गल ए आ भी जिहड़े मुंडे नहाउण आउंदे ना नहर ते, हां ओथों ही दुवाणा लै के विच सुट दिंदे आ। अच्छा जी। ओ नाल ठंडा हो जांदा वा, फ्रिज दी लोड़ नहीं पैंदी, इस करके बहुते स्टाल जिहड़े आ दुवाणे ओ लाईदे नहर ते आ। हां दुवाणा तैरदा ही रहिंदा, इहदा बड़ा वजन आ, इह कुदरती कोई ऐसा अमल हैगा? नहर च दुवाणा सुटो तरदा, तैरदा रहिंदा वा। ਤੇ ਮੈਂ ਪਾਣੀ ਪੀ ਕੇ ਅਗਰ ਨਹਿਰ 'ਚ ਛਾਲ ਮਾਰਾਂ ਤਰਾਂਗਾ। ਉਹ ਭਾਈ ਦੁਹਾਣੇ ਦੀ ਗੱਲ ਕਰਦੇ, ਦੁਹਾਣੇ ਤੇ ਬਹਿ ਕੇ ਚੱਲ ਜੀ ਜੇ ਕਿਤੇ ਜਾਣਾ ਆ ਨਹਿਰੋ ਨਹਿਰ। ਇਹ ਕੁਦਰਤ ਆ ਦੇਖ ਲਓ, ਇਹਦੇ ਵਿੱਚ ਵੇਖੋ ਕਿੰਨਾ ਵਜ਼ਨ ਹੀ ਹੁੰਦਾ ਫਿਰ ਵੀ ਤੈਰਦਾ। ਬਰਲ ਭਾਈ ਚਿੱਟਾ ਦੁਹਾਣਾ ਕੋਈ ਨਹੀਂ ਹੁੰਦਾ। ਤੂੰ ਕੱਢ ਵੀਰੇ, ਕੋਈ ਨਿਕਲ ਹੀ ਆਊਗਾ, ਮੇਰੇ ਨਸੀਬ ਆ, ਤੂੰ ਕੱਢ ਦੇ ਕੋਈ। ਬਹੁ ਤੇਰੇ ਇਸ ਪਾਸਿਓਂ ਨਸੀਬ ਮਾੜੇ ਹੀ ਆ। ਨਹੀਂ ਨਿਕਲਣਾ, ਗਰੰਟੀ ਆ। ਇਹ ਬਾਟਾ ਵਾਲਿਆਂ, ਇਹ ਸਰਵਿਸ ਵਾਲਿਆਂ ਦੇ ਦੁਕਾਨੇ, ਐਡੀ ਗਰੰਟੀ ਦੇ ਰਹੇ ਹੋ ਯਾਰ ਤੁਸੀਂ। ਵੀਰੇ ਚਿੱਟੇ ਜਿੰਨੇ ਨਿਕਲਦੇ ਆ ਨਾ ਮੈਨੂੰ ਦੇ ਦੇ, ਬਸ ਸਾਰੇ ਦੇ ਦੇ ਭਾਵੇਂ। ਆਹ ਗੱਡੀ ਮੇਰੀ ਖਲੋਤੀ ਆ, ਉਹਦੇ 'ਚ ਲਾਦੇ ਸਾਰੇ। ਉਹ ਭਾਅ ਜੀ ਕੱਪੜੇ ਤੇ ਸਾਫ਼ ਪਾਇਆ ਕਰੋ, ਤੁਹਾਨੂੰ ਪਤਾ ਅੱਜ ਕੱਲ੍ਹ ਕਰੋਨਾ ਆਇਆ, ਦੇਖੋ ਆ ਕੀ ਹੈ। ਉਹ ਭਾਈ ਮਜ਼ਦੂਰ ਬੰਦੇ ਆ, ਚਾਹ ਪੀਂਦਿਆਂ ਡੁੱਲ ਗਈ ਆ, ਹੁਣ ਕੀ ਕਰੀਏ। ਕੀ ਤੇਰਾ ਬੁੱਲ ਪਾਟਾ ਇੱਥੋਂ ਡੁੱਲ ਗਈ ਹੈ? ਚੱਲ ਦੇ ਵੀਰੇ ਚਿੱਟਾ, ਦੇ ਗੁਜ਼ੀ ਸ਼ਾਨ ਸਾਹਿਬ, ਤੁਸੀਂ ਕੱਢ ਦਿਓ, ਇਹਨੂੰ ਨਹੀਂ ਪਤਾ ਲੱਗਣਾ। ਆ ਪੁੱਤਰ ਦੇਖ ਯਾਰ, ਕੋਈ ਦੁਹਾਣਾ ਕੱਢ ਕੇ ਇਹ ਦੇਖ, ਇਹ ਅਜੀ ਕਾਤੀ ਕੱਢ ਕੇ ਦੇ ਯਾਰ। ਛੁਰੀਆਂ ਛਰੀਆਂ ਦੇ ਪਰੇ ਰੱਖੋ, ਤੂੰ ਲਾਲ ਜਿਹਾ ਹੀ ਕੱਢਣਾ ਐ ਵੇ। ਐਸੀ ਸ਼ਾਨ ਦਾ ਤਜਰਬਾ ਬਿਹਤਰ ਹੈਗਾ, ਇਹ ਦੇਖ ਲਓ। ਤੇ ਵੱਡੀ ਤੇ ਤੁਸੀਂ ਸਿਰੀਆਂ ਸੁਰੀਆਂ ਵੀ ਭੁੱਲ ਲੈਂਦੇ ਹੋ, ਜਦੋਂ ਦੁਹਾਣਿਆਂ ਦਾ ਸੀਜ਼ਨ ਨਹੀਂ ਹੁੰਦਾ ਫੇਰ ਕੀ ਕਰਦਾ ਯਾਰ ਤੂੰ। ਹੈਲੋ ਯਾ ਅੱਲਾ, ਚਿੱਟਾ ਨਿਕਲ ਆਵੇ। ਓ ਯਾਰ ਖਲਾ ਖੁਦਾ ਦਾ ਖੌਫ ਕਰ, ਹਰ ਬੰਦਾ ਲਾਲ ਮੰਗਦਾ, ਤੂੰ ਪਤਾ ਨਹੀਂ ਕਿੱਥੇ ਦਾ ਪਾਗਲ ਬੰਦਾ ਆ ਗਿਆ। ਐ ਲੈ। ਨਹੀਂ ਭਾਜੀ ਲਾਲ ਆ, ਲਾਲ ਆ ਵੀਰੇ ਲਾਲ। ਆ ਫੜ ਯਾਰ ਛੁਰੀ, ਇਹ ਵੀ ਲਾਲ, ਇਹ ਵੀ ਲਾਲ ਹੈ ਭਾਜੀ। ਆ ਦੇਖੋ ਇਹਦਾ ਕੀ ਚੱਕਰ ਆ ਹੁਣ। ਯਾਰ ਤੇਰਾ ਦਿਮਾਗ ਤੇਰਾ ਸਹੀ ਆ ਕਿ ਖਰਾਬ ਆ? ਸਹੀ ਆ। ਸਹੀ ਆ ਤੇ ਫਿਰ ਦੁਹਾਣਾ ਲੈ ਕੇ ਜਾ, ਸਾਰੇ ਲੋਕ ਲਾਲ ਦੁਹਾਣਾ ਲੈ ਕੇ ਜਾਂਦੇ ਆ। ਤੂੰ ਆਪਣਾ ਫੋਨ ਨੰਬਰ ਦੇ, ਕੋਈ ਚਿੱਟਾ ਨਿਕਲਿਆ ਨਾ ਤਾਂ ਮੈਂ ਤੈਨੂੰ ਫੋਨ ਕਰ ਦਾਂਗਾ। ਜੇ ਤੂੰ ਮੇਰਾ ਲੈ ਲਾ ਮੈਨੂੰ ਫੋਨ ਕਰ ਦੇ, ਹੁਣ ਕਹਿ ਭਾਜੀ ਚਿੱਟਾ ਨਿਕਲਿਆ ਆ ਜਾਓ। ਕੋਈ ਚੈਨਾ ਦਾ ਦੁਹਾਣਾ ਨਹੀਂ, ਚੈਨਾ ਦਾ, ਚੈਨਾ ਵਾਲੇ ਚਿੱਟੇ ਨਿਕਲ ਆਉਂਦੇ ਆ। ਕੋਈ ਫੀਨਾ ਜਾਂ ਦੁਹਾਣਾ ਦੇ ਦੇ ਮੈਨੂੰ ਚੈਨਾ ਦਾ। ਯਾਰ ਤੂੰ ਦੁਹਾਣਾ ਲੈਣਾ, ਬੈਟਰੀਆਂ ਲੈਣੀਆਂ, ਚੈਨਾ ਦੀਆਂ ਕਿਹੜੀ ਸ਼ਾਇਦ ਤੈਨੂੰ। ਨਹੀਂ ਮੈਂ ਫਿਰ ਅੱਗੋਂ ਹੋਣਾ ਵਾ, ਤੁਸੀਂ ਮੇਰਾ ਨੰਬਰ ਲਿਖ ਲਓ। ਓ ਯਾਰ ਤੇਰਾ ਅਸੀਂ ਕਿਉਂ ਨੰਬਰ ਲਿਖ ਲਈ, ਅਸੀਂ ਬਕਾਇਆ ਗਾਹਕ ਨਹੀਂ ਡੀਲ ਕਰਨੇ। ਓ ਯਾਰ ਕੋਈ ਚਿੱਟਾ ਨਿਕਲਿਆ ਮੈਨੂੰ ਫੋਨ ਕਰਦੇ ਹੀ ਉੱਥੋਂ। ਤੈਨੂੰ ਕਿਉਂ ਫੋਨ ਕਰਦਾ, ਤੂੰ ਚੇਅਰਮੈਨ ਆ ਮਹੱਲੇ ਦਾ, ਕਿ ਅਸੀਂ ਤੈਨੂੰ ਫੋਨ ਕਰਨ ਚ ਰਹੀਏ। ਸੁੱਟਣਾ ਵੀ ਤੇ ਹੈਗਾ ਹੀ ਨਾ ਚਿੱਟਾ, ਦਿੰਦੇ ਵੀ ਨਿਕਲਦੇ ਲਾ ਲਾ ਅਸੀਂ ਕੋਈ ਚਿੱਟਾ ਸੁੱਟਣਾ।
ਕੀ ਬੰਦਾ ਵਾ ਤੂੰ ਅੱਛਾ ਚਿੱਟਾ ਵੀ 50 ਰੁਪਏ ਯਾਰੀ ਬਾਤ ਹੈ ਓ ਯਾਰ ਚਿੱਟਾ ਦਵਾਣਾ ਲੋਕ ਮੰਗਦੇ ਹੀ ਨਹੀਂ ਅੱਲਾ ਜਾਣੇ ਤੈਨੂੰ ਕਿਹੜੇ ਹਕੀਮ ਨੇ ਕਹਿਤਾ ਓ ਭਾਈ ਮੇਰੇ ਵਾਈਟ ਸੈੱਲ ਮੁੱਕੇ ਆ ਤੇਰੀ ਮਿਹਰਬਾਨੀ ਤੇ ਉੱਥੇ ਬੈਟਰੀ ਤੇ ਪਵਾ ਲਾ ਸਾਕਾ ਦੀ ਬੈਟਰੀ ਦਿਖਾ ਲਾ ਜੇ ਤੇਰੇ ਵਾਈਟ ਸੈੱਲ ਮੁੱਕੇ ਆ ਤੇ ਲਓ ਜੀ ਜ਼ੀਸ਼ਾਨ ਸਾਹਿਬ ਤੁਹਾਡੀ ਬੜੀ ਮਿਹਰਬਾਨੀ ਓ ਭਾਜੀ ਗਾਹਕ ਤੇ ਮੌਤ ਦਾ ਕੋਈ ਪਤਾ ਨਹੀਂ ਹੁੰਦਾ ਭਾਜੀ ਮੈਨੂੰ ਤਾਂ ਤੁਸੀਂ ਮੌਤ ਲੱਗ ਰਹੇ ਹੋ ਗਾਹਕ ਤੇ ਲੱਗ ਹੀ ਨਹੀਂ ਗਏ ਯਾਰ ਚਿੱਟਾ ਦਵਾਣਾ ਇੱਕ ਵੀ ਨਹੀਂ ਨਿਕਲ ਰਿਹਾ ਯਾਰ ਕੈਸੀ ਤੂੰ ਗੱਲ ਕਰ ਰਿਹਾ ਮੈਂ ਉੱਥੇ ਕਈ ਵੇਖੇ ਕਈ ਵਾਰੀ ਚਿੱਟੇ ਨਿਕਲੇ ਉਦੋਂ ਮੈਨੂੰ ਚਾਹੀਦੇ ਨਹੀਂ ਸੀ ਯਾਰ ਮੈਨੂੰ ਤੂੰ ਇਹ ਦੱਸ ਵੀ ਤੈਨੂੰ ਏਡੇ ਕਾਹਦਾ ਕਫਨ ਦੇ ਨਾਲ ਬਹੁਤਾ ਪਿਆਰ ਹੋਇਆ ਤੈਨੂੰ ਮਰ ਜਾਣਾ ਤੂੰ ਚਿੱਟਾ ਤੈਨੂੰ ਚਿੱਟੇ ਦਵਾਣੇ ਦੇ ਨਾਲ रंग बहुत पसंद आ रहा किसे तरीके ना चिट्टा कर दे किसे तरीके ना मेरे को खा ना ले एक अद्धी मैं ये गल कर दवा भी दवाना हर सुबह दे किन्ने बेचे तू दवाने यार असि कोई मन डेढ़ मन बेच चुके हैं ते विचो कोई चिट्टा नहीं निकलया यार चिट्टा देख यार कैसी गल आ ओ चिट्टा भाई मंगदा ही कोई नहींगा ਕਿੱਥੋਂ ਆ ਗਿਆ ਤੂੰ ਨਾ ਹੀ ਗਾ ਅਗਲਾ ਘਰ ਮੁੰਡਾ ਵੇਖਣ ਆਉਣ ਨਾ ਕਹਿਣਗੇ ਮਾਸ਼ਾਅੱਲਾ ਜੀ ਸੋਹਣਾ ਚਿੱਟਾ ਹੈਗਾ ਰਿਸ਼ਤਾ ਕਰ ਦਿਓ ਤੇਰੇ ਕੋਲ ਦਵਾਣਾ ਨਹੀਂ ਚਿੱਟਾ ਹੈਗਾ ਨਹੀਂ ਜੇ ਚਿੱਟਾ ਦਵਾਣਾ ਹੋ ਜਾਏਗਾ ਨਿਕਲ ਆਏਗਾ ਤਾਂ ਤੁਸੀਂ ਰਿਸ਼ਤਾ ਕਰ ਦੋਗੇ ਨਹੀਂ ਯਾਰ ਮੈਂ ਤਾਂ ਹਕੀਮ ਨੇ ਕਿਹਾ ਮੈਨੂੰ ਆ ਮੈਂ ਤੈਨੂੰ ਹਕੀਮ ਕੋਲ ਲੈ ਚੱਲਣਾ ਮੈਂ ਕਿਉਂ ਹਕੀਮ ਦੇ ਕੋਲ ਜਾਵਾਂ ਅਸੀਂ ਆਪਣੇ ਕੰਮ ਤੇ ਬੈਠੇ ਕਿ ਤੇਰੇ ਨਾਲ ਹਕੀਮ ਦੇ ਤੁਰੇ ਫਿਰੀਏ ਯਾਰ ਜ਼ੀਸ਼ਾਨ ਬੈਠਾ ਇੱਥੇ ਤੂੰ ਚੱਲ ਮੇਰੇ ਨਾਲ ਯਾਰ ਤੂੰ ਇੱਕ ਦਵਾਣਾ ਲੈਣਾ ਵਾ ਅਸੀਂ ਤੇਰੇ ਨਾਲ ਲਈ ਤੁਰੇ ਫਿਰੀਏ ਵੀ ਰੇਟ ਲਿਸਟ ਹੈਗੀ ਤੇਰੇ ਕੋਲ ਰੇਟ ਲਿਸਟ ਸਰਕਾਰੀ ਜਾ ਜਿਸ਼ਾਨ ਕਿੱਥੇ ਆ ਰੇਟ ਲਿਸਟ ਲਿਆ ਦਵਾਣਾ ਤੈਨੂੰ ਦਵਾਣਾ ਤੂੰ ਇੱਕ ਲੈਣਾ ਮੈਂ ਰੇਟ ਲਿਸਟ ਸੈਂਡ ਕਰਾਂ ਅਫਸਰ ਲੱਗਾ ਤੂੰ ਛੱਡ ਤੇ ਜੀ ਆ ਰੇਟ ਲਿਸਟ ਲਿਖਿਆ ਵਾਕਈ ਗਵਰਨਮੈਂਟ ਹੀ ਹੈਗੀ ਇਹ ਦੇਖੋ ਇਹ ਇਹ 25 25 ਰੁਪਏ 25 ਤੋਂ 27 ਰੁਪਏ ਤੱਕ ਰੇਟ ਹੈਗਾ ਦੇਖੋ ਜੀ ਇਮਾਨਦਾਰ ਲੋਕ ਨੇ ਇਮਾਨਦਾਰੀ ਨਾਲ ਸੌਦਾ ਵੇਚ ਰਹੇ ਨੇ ਇਹ ਲਿਸਟ ਔਰ ਇਹਦੇ ਮੁਤਾਬਕ ਹੀ ਇਹ ਵੇਚ ਰਹੇ ਨੇ ਤੇ ਬੜੀ ਅੱਛੀ ਗੱਲ ਆ ਜੀ ਇਮਾਨਦਾਰੀ ਨਾਲ ਸੌਦਾ ਵੇਚਣਾ ਚਾਹੀਦਾ ਇਹਦੇ 'ਚ ਬਰਕਤ ਪੈਂਦੀ ਹੈ ਅਗਰ ਤੁਸੀਂ ਕਿਸੇ ਨੂੰ ਝੂਠ ਬੋਲ ਕੇ ਸੌਦਾ ਦਿੰਦੇ ਹੋ ਨਾ ਤੇ ਉਹ ਇਮਾਨ ਜਿਹੜਾ ਨਾ ਫਿਰ ਮੁਤਮਿਨ ਨਹੀਂ ਹੁੰਦਾ ਭਾਈ ਝੂਠ ਬੋਲਣਾ ਵਾਲਾ ਕਾਫਰ ਹੁੰਦਾ ਹਾਂਜੀ ਦੂਸਰੀ ਗੱਲ ਇਹ ਆ ਅਸੀਂ ਸੌਦਾ ਸਚਾਈ ਨਾਲ ਵੇਚਦੇ ਹਾਂ ਨਿਸ਼ਾਨ ਮੁੰਡਾ ਵਾ ਮੇਰੇ ਨਾਲ ਪਾਰਟਨਰ ਆ ਅੱਛਾ ਅਸੀਂ ਇਮਾਨਦਾਰੀ ਨਾਲ ਵੇਚਦੇ ਹਾਂ ਝੂਠ ਤਫਾਨ ਅਸੀਂ ਬੋਲਦੇ ਨਹੀਂ ਉਹ ਲੋਕ ਅੱਜ ਕੱਲ ਇੱਕ ਗੱਲ ਚੱਲੀ ਆ ਕਿਹੜੀ ਕਿ ਭਾਜੀ ਰੋਜ਼ੇ ਹੈਗੇ ਆ ਅਸੀਂ ਨਹੀਂ ਝੂਠ ਬੋਲਦੇ ਮਸਲਾ ਰੋਜ਼ਿਆਂ 'ਚ ਸੱਚ ਬੋਲਣਾ ਵਾ ਬਕਾਇਆ ਦੇਣ ਅਸੀਂ ਮੁਸਲਮਾਨ ਨਹੀਂ ਗੇ ਨਹੀਂ ਸਾਰੀ ਜ਼ਿੰਦਗੀ ਸੱਚ ਬੋਲਣਾ ਚਾਹੀਦਾ ਅਸੀਂ ਸੱਚ ਤੇ ਕੰਮ ਕਰਦੇ ਆ ਬਾਰਾਂ ਲੋਨੇ ਇਸ ਗੱਲ ਇਸੇ ਗੱਲੋਂ ਮੈਂ ਤੇਰੇ ਨਾਲ ਆ ਕੇ ਸੱਚ ਬੋਲਿਆ ਕਿ ਭਾਜੀ ਮੈਨੂੰ ਚਿੱਟਾ ਦਵਾਣਾ ਚਾਹੀਦਾ ਲਾਲ ਉਹ ਯਾਰ ਚਿੱਟਾ ਹੈ ਨਹੀਂ ਮੇਰਾ ਭਰਾ ਚੱਕ ਜਾ ਯਾਰ ਗੱਲ ਤਾਂ ਸੁਣ ਭਾਈ ਤੂੰ ਦਿਮਾਗ ਤੇਰਾ ਖਰਾਬ ਆ ਪਤਾ ਨਹੀਂ ਸਾਰਿਆਂ ਦੀ अगर आप हमारी मजीद वीडियोस देखना चाहते हैं तो हमारा चैनल सब्सक्राइब करें और बेल आइकॉन दबा दें ऐसे करके।